ਦੇਖੋ, ਅੰਮ੍ਰਿਤਪਾਲ ਹੋਣਾ ਨੇ ਕਿਉਂਕਿ ਉਹ ਲੋਕਾਂ ਦੁਆਰਾ ਚੁਣੀ ਗਈ ਸੰਸਦ ਮੈਂਬਰ ਨੇ, ਲੋਕਾਂ ਦਾ ਜਿਹੜਾ ਹਾਵ ਭਾਵ ਹੈ, ਲੋਕਾਂ ਨੇ ਉਹਨਾਂ ਨੂੰ ਲੋਕਤੰਤਰ ਤਰੀਕੇ ਦੇ ਨਾਲ ਚੁਣਿਆ ਹੈ, ਔਰ ਸਾਨੂੰ ਤਾਂ ਲੱਗਦਾ ਸੀ ਕਿ ਅੱਜ ਉਹਨਾਂ ਦੀ ਸਹੁੰ ਹੋ ਜਾਣੀ ਚਾਹੀਦੀ ਹੈ, ਪਰ ਹੁਣ ਪਤਾ ਲੱਗਿਆ ਕਿ ਆਉਣ ਵਾਲੇ ਦਿਨਾਂ ਦੇ ਵਿੱਚ, ਕੱਲ੍ਹ ਜਿਹੜੀ ਸਹੁੰ ਜਿਹੜੀ ਅਸੀਂ ਚੱਕੀ ਸੀ ਵੀ ਉਹ ਉਦੋਂ ਤਾਂ ਕਹਿ ਰਹੇ ਅੱਜ, ਪਰ ਅੱਜ ਤੋਂ ਵੀ ਹੁਣ ਪਤਾ ਲੱਗਾ ਕਿ ਅਗਲੇ ਆਉਣ ਵਾਲੇ ਦਿਨਾਂ ਦੇ ਵਿੱਚ ਉਹ ਕਰਾਉਣਗੇ। ਸੋ ਉਹ ਮੇਰਾ ਖਿਆਲ ਤਾਂ ਲੋਕਤੰਤਰ ਪ੍ਰਕਿਰਿਆ ਨਾਲ ਅੱਜ ਕੱਲ੍ਹ ਜਿਹੜੀ ਸਹੁੰ ਚੱਕੀ ਉਸ ਸਮੇਂ ਉਹਨਾਂ ਦੀ ਸਹੁੰ ਵੀ ਚੁੱਕ ਜਾਣੀ ਚਾਹੀਦੀ ਸੀ, ਫਿਰ ਅੱਜ ਦੀ ਗੱਲ ਹੋਈ, ਪਰ ਅੱਜ ਤੋਂ ਮੈਨੂੰ ਲੱਗਦਾ ਕਿ ਹੁਣ ਅੱਗੇ ਪੈ ਗਿਆ ਹੈ। ਜਿਹੜਾ ਸੰਵਿਧਾਨ ਸਾਨੂੰ ਅਧਿਕਾਰ ਦਿੰਦਾ ਹੈ ਉਹਦੀ ਰੱਖਿਆ ਕਰਨਾ ਵੀ ਸੰਵਿਧਾਨ ਦਾ ਕੰਮ ਹੈ, ਪਰ ਜਿਹੜੀਆਂ ਸਰਕਾਰਾਂ ਹੁੰਦੀਆਂ ਨੇ ਇਹਨਾਂ ਦਾ ਧਿਆਨ ਇਹਦੇ ਵੱਲ ਜ਼ਿਆਦਾ ਹੋਣਾ ਚਾਹੀਦਾ ਹੈ। ਕਿਆ ਕਿਸੇ ਪਰਮਿਸ਼ਨ ਦੀ ਲੋੜ ਹੈ ਜਾਂ ਫਿਰ ਮਤਲਬ ਕਿ ਜਾਂ ਸਪੀਕਰ ਦਾ ਜਦ ਚੁਣਾਅ ਹੋ ਜਾਏਗਾ ਉਸਕੇ ਬਾਅਦ ਜੋ ਹੈ ਵੋਟ ਲਈ ਜਾਏਗੀ? ਦੇਖੋ, ਜਦੋਂ ਕੋਈ ਸੰਸਦ ਮੈਂਬਰ ਬਣ ਜਾਂਦਾ ਇਹ ਤਾਂ ਸਰਕਾਰ ਦਾ ਕੰਮ ਹੈ ਨਾ, ਸਰਕਾਰ ਉਹਨੂੰ ਕਿਵੇਂ ਲੈ ਕੇ ਆਉਣਾ, ਉਹਨੂੰ ਨਾਲ ਇਹ ਉਹਦੇ 'ਤੇ ਧਿਆਨ ਰੱਖਣ। ਸੋ ਇਹ ਸਪੀਕਰ 'ਤੇ ਜੇ ਚਲੋ ਚੁਣਿਆ ਜਾਣਾ ਹੈ, ਪਰ ਇਹ ਤੋਂ ਪਹਿਲਾਂ ਸਰਕਾਰ ਦਾ ਧਿਆਨ ਹੋਣਾ ਚਾਹੀਦਾ। ਕੋਈ ਸ਼ੱਕ ਨਹੀਂ ਕਿ ਕੋਰਟ ਦੀ ਪ੍ਰਕਿਰਿਆ ਹੈ, ਪਰ ਕੋਰਟ ਦੀ ਪ੍ਰਕਿਰਿਆ ਸਰਕਾਰ ਨੇ ਬਣਾਉਣੀ ਹੈ। ਇੱਥੇ ਇਹ ਮੈਂ ਸਮਝਦਾ ਕਿ ਗਲਤ ਹੋਇਆ, ਕੱਲ੍ਹ ਅੰਮ੍ਰਿਤਪਾਲ ਦੀ ਸਹੁੰ ਜਿਹੜੀ ਹੋ ਜਾਣੀ ਚਾਹੀਦੀ। ਦੇਖੋ, ਅੰਮ੍ਰਿਤਪਾਲ ਹੋਣਾ ਨੇ ਕਿਉਂਕਿ ਉਹ ਲੋਕਾਂ ਦੁਆਰਾ ਚੁਣੀ ਗਈ ਸੰਸਦ ਮੈਂਬਰ ਨੇ, ਲੋਕਾਂ ਦਾ ਜਿਹੜਾ ਹਾਵ ਭਾਵ ਹੈ, ਲੋਕਾਂ ਨੇ ਉਹਨਾਂ ਨੂੰ ਲੋਕਤੰਤਰ ਤਰੀਕੇ ਦੇ ਨਾਲ ਚੁਣਿਆ ਹੈ, ਔਰ ਸਾਨੂੰ ਤਾਂ ਲੱਗਦਾ ਸੀ ਕਿ ਅੱਜ ਉਹਨਾਂ ਦੀ ਸਹੁੰ ਹੋ ਜਾਣੀ ਚਾਹੀਦੀ ਹੈ, ਪਰ ਹੁਣ ਪਤਾ ਲੱਗਿਆ ਕਿ ਆਉਣ ਵਾਲੇ ਦਿਨਾਂ ਦੇ ਵਿੱਚ, ਕੱਲ੍ਹ ਜਿਹੜੀ ਸਹੁੰ ਜਿਹੜੀ ਅਸੀਂ ਚੱਕੀ ਸੀ ਵੀ ਉਦੋਂ ਤਾਂ ਕਹਿ ਰਹੇ ਅੱਜ, ਪਰ ਅੱਜ ਤੋਂ ਵੀ ਹੁਣ ਪਤਾ ਲੱਗਾ ਕਿ ਅਗਲੇ ਆਉਣ ਵਾਲੇ ਦਿਨਾਂ ਦੇ ਵਿੱਚ ਉਹ ਕਰਾਉਣਗੇ। ਸੋ ਉਹ ਮੇਰਾ ਖਿਆਲ ਤਾਂ ਲੋਕਤੰਤਰ ਪ੍ਰਕਿਰਿਆ ਨਾਲ ਅੱਜ ਕੱਲ੍ਹ ਜਿਹੜੀ ਸਹੁੰ ਚੱਕੀ ਉਸ ਸਮੇਂ ਉਹਨਾਂ ਦੀ ਸਹੁੰ ਵੀ ਚੁੱਕ ਜਾਣੀ ਚਾਹੀਦੀ ਸੀ, ਫਿਰ ਅੱਜ ਦੀ ਗੱਲ ਹੋਈ, ਪਰ ਅੱਜ ਤੋਂ ਮੈਨੂੰ ਲੱਗਦਾ ਕਿ ਹੁਣ ਅੱਗੇ ਪੈ ਗਿਆ ਹੈ। ਜਿਹੜਾ ਸੰਵਿਧਾਨ ਸਾਨੂੰ ਅਧਿਕਾਰ ਦਿੰਦਾ ਹੈ ਉਹਦੀ ਰੱਖਿਆ ਕਰਨਾ ਵੀ ਸੰਵਿਧਾਨ ਦਾ ਕੰਮ ਹੈ, ਪਰ ਜਿਹੜੀਆਂ ਸਰਕਾਰਾਂ ਹੁੰਦੀਆਂ ਨੇ ਇਹਨਾਂ ਦਾ ਧਿਆਨ ਇਹਦੇ ਵੱਲ ਜ਼ਿਆਦਾ ਹੋਣਾ ਚਾਹੀਦਾ ਹੈ। ਕਿਆ ਕਿਸੇ ਪਰਮਿਸ਼ਨ ਦੀ ਲੋੜ ਹੈ ਜਾਂ ਫਿਰ ਮਤਲਬ ਕਿ ਜਾਂ ਸਪੀਕਰ ਦਾ ਜਦ ਚੁਣਾਅ ਹੋ ਜਾਏਗਾ ਉਸਕੇ ਬਾਅਦ ਜੋ ਹੈ ਵੋਟ ਲਈ ਜਾਏਗੀ? ਦੇਖੋ, ਜਦੋਂ ਕੋਈ ਸੰਸਦ ਮੈਂਬਰ ਬਣ ਜਾਂਦਾ ਇਹ ਤਾਂ ਸਰਕਾਰ ਦਾ ਕੰਮ ਹੈ ਨਾ, ਸਰਕਾਰ ਉਹਨੂੰ ਕਿਵੇਂ ਲੈ ਕੇ ਆਉਣਾ, ਉਹਨੂੰ ਨਾਲ ਇਹ ਉਹਦੇ 'ਤੇ ਧਿਆਨ ਰੱਖਣ। ਸੋ ਇਹ ਸਪੀਕਰ 'ਤੇ ਜੇ ਚਲੋ ਚੁਣਿਆ ਜਾਣਾ ਹੈ, ਪਰ ਇਹ ਤੋਂ ਪਹਿਲਾਂ ਸਰਕਾਰ ਦਾ ਧਿਆਨ ਹੋਣਾ ਚਾਹੀਦਾ। ਕੋਈ ਸ਼ੱਕ ਨਹੀਂ ਕਿ ਕੋਰਟ ਦੀ ਪ੍ਰਕਿਰਿਆ ਹੈ, ਪਰ ਕੋਰਟ ਦੀ ਪ੍ਰਕਿਰਿਆ ਸਰਕਾਰ ਨੇ ਬਣਾਉਣੀ ਹੈ। ਇੱਥੇ ਇਹ ਮੈਂ ਸਮਝਦਾ ਕਿ ਗਲਤ ਹੋਇਆ, ਕੱਲ੍ਹ ਅੰਮ੍ਰਿਤਪਾਲ ਦੀ ਸਹੁੰ ਜਿਹੜੀ ਹੋ ਜਾਣੀ ਚਾਹੀਦੀ। ਦੇਖੋ, ਅੰਮ੍ਰਿਤਪਾਲ ਹੋਣਾ ਨੇ ਕਿਉਂਕਿ ਉਹ ਲੋਕਾਂ ਦੁਆਰਾ ਚੁਣੀ ਗਈ ਸੰਸਦ ਮੈਂਬਰ ਨੇ, ਲੋਕਾਂ ਦਾ ਜਿਹੜਾ ਹਾਵ ਭਾਵ ਹੈ, ਲੋਕਾਂ ਨੇ ਉਹਨਾਂ ਨੂੰ ਲੋਕਤੰਤਰ ਤਰੀਕੇ ਦੇ ਨਾਲ ਚੁਣਿਆ ਹੈ, ਔਰ ਸਾਨੂੰ ਤਾਂ ਲੱਗਦਾ ਸੀ ਕਿ ਅੱਜ ਉਹਨਾਂ ਦੀ ਸਹੁੰ ਹੋ ਜਾਣੀ ਚਾਹੀਦੀ ਹੈ, ਪਰ ਹੁਣ ਪਤਾ ਲੱਗਿਆ ਕਿ ਆਉਣ ਵਾਲੇ ਦਿਨਾਂ ਦੇ ਵਿੱਚ, ਕੱਲ੍ਹ ਜਿਹੜੀ ਸਹੁੰ ਜਿਹੜੀ ਅਸੀਂ ਚੱਕੀ ਸੀ ਵੀ ਉਦੋਂ ਤਾਂ ਕਹਿ ਰਹੇ ਅੱਜ, ਪਰ ਅੱਜ ਤੋਂ ਵੀ ਹੁਣ ਪਤਾ ਲੱਗਾ ਕਿ ਅਗਲੇ ਆਉਣ ਵਾਲੇ ਦਿਨਾਂ ਦੇ ਵਿੱਚ ਉਹ ਕਰਾਉਣਗੇ। ਸੋ ਉਹ ਮੇਰਾ ਖਿਆਲ ਤਾਂ ਲੋਕਤੰਤਰ ਪ੍ਰਕਿਰਿਆ ਨਾਲ ਅੱਜ ਕੱਲ੍ਹ ਜਿਹੜੀ ਸਹੁੰ ਚੱਕੀ ਉਸ ਸਮੇਂ ਉਹਨਾਂ ਦੀ ਸਹੁੰ ਵੀ ਚੁੱਕ ਜਾਣੀ ਚਾਹੀਦੀ ਸੀ, ਫਿਰ ਅੱਜ ਦੀ ਗੱਲ ਹੋਈ, ਪਰ ਅੱਜ ਤੋਂ ਮੈਨੂੰ ਲੱਗਦਾ ਕਿ ਹੁਣ ਅੱਗੇ ਪੈ ਗਿਆ ਹੈ। ਜਿਹੜਾ ਸੰਵਿਧਾਨ ਸਾਨੂੰ ਅਧਿਕਾਰ ਦਿੰਦਾ ਹੈ ਉਹਦੀ ਰੱਖਿਆ ਕਰਨਾ ਵੀ ਸੰਵਿਧਾਨ ਦਾ ਕੰਮ ਹੈ, ਪਰ ਜਿਹੜੀਆਂ ਸਰਕਾਰਾਂ ਹੁੰਦੀਆਂ ਨੇ ਇਹਨਾਂ ਦਾ ਧਿਆਨ ਇਹਦੇ ਵੱਲ ਜ਼ਿਆਦਾ ਹੋਣਾ ਚਾਹੀਦਾ ਹੈ। ਕਿਆ ਕਿਸੇ ਪਰਮਿਸ਼ਨ ਦੀ ਲੋੜ ਹੈ ਜਾਂ ਫਿਰ ਮਤਲਬ ਕਿ ਜਾਂ ਸਪੀਕਰ ਦਾ ਜਦ ਚੁਣਾਅ ਹੋ ਜਾਏਗਾ ਉਸਕੇ ਬਾਅਦ ਜੋ ਹੈ ਵੋਟ ਲਈ ਜਾਏਗੀ? ਦੇਖੋ, ਜਦੋਂ ਕੋਈ ਸੰਸਦ ਮੈਂਬਰ ਬਣ ਜਾਂਦਾ ਇਹ ਤਾਂ ਸਰਕਾਰ ਦਾ ਕੰਮ ਹੈ ਨਾ, ਸਰਕਾਰ ਉਹਨੂੰ ਕਿਵੇਂ ਲੈ ਕੇ ਆਉਣਾ, ਉਹਨੂੰ ਨਾਲ ਇਹ ਉਹਦੇ 'ਤੇ ਧਿਆਨ ਰੱਖਣ। ਸੋ ਇਹ ਸਪੀਕਰ 'ਤੇ ਜੇ ਚਲੋ ਚੁਣਿਆ ਜਾਣਾ ਹੈ, ਪਰ ਇਹ ਤੋਂ ਪਹਿਲਾਂ ਸਰਕਾਰ ਦਾ ਧਿਆਨ ਹੋਣਾ ਚਾਹੀਦਾ। ਕੋਈ ਸ਼ੱਕ ਨਹੀਂ ਕਿ ਕੋਰਟ ਦੀ ਪ੍ਰਕਿਰਿਆ ਹੈ, ਪਰ ਕੋਰਟ ਦੀ ਪ੍ਰਕਿਰਿਆ ਸਰਕਾਰ ਨੇ ਬਣਾਉਣੀ ਹੈ। ਇੱਥੇ ਇਹ ਮੈਂ ਸਮਝਦਾ ਕਿ ਗਲਤ ਹੋਇਆ, ਕੱਲ੍ਹ ਅੰਮ੍ਰਿਤਪਾਲ ਦੀ ਸਹੁੰ ਜਿਹੜੀ ਹੋ ਜਾਣੀ ਚਾਹੀਦੀ।